ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ ਜੋ ਹਰ ਸੰਤ ਭਗਤ ਕੇ ਸਭ ਪਾਪ ਨਿਵਾਰੇ ਹਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੇ ਹਰ ਗੁਣ ਕਹ ਸਕੋ ਬਨਵਾਰੀ ਹਮ ਪਾਪੀ ਪਾਥਰ ਨੀਬਤ ਕਰ ਕਿਰਪਾ ਪਾਖ ਹਮ ਤਾਰੀ ਰਹਾਉ ਜਨਮ ਜਨਮ ਲਾਗੇ ਬਿਖ ਮੂਰਚਾ ਲਾਗ ਸੰਗਤ ਸਾਧ ਸਵਾਏ ਜਿਉਂ ਕੰਚਨ ਬੈਸੰਤਰ ਤਾਇਓ ਮਲ ਕਾਟੇ ਕਟਿਤ ਉਤਾਰੇ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ 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 ਉਰਤਾਰੇ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹੋਮੈ ਮਾਰੇ ਹਰ ਹਰਮ ਅਗਾਤ ਭੂਤ ਅਪਰੰਪਰ ਪੁਰਖ ਅਪਾਰੇ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਤਾਜ ਸਵਾਰੇ ਹਰ ਹਰ ਆਗਮ ਆਗਾਦ ਬੋਦਾ ਅਪਰੰਪਰ ਪੁਰਖ ਅਪਾਰੇ ਜਨਕ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਗੁਰੂ ਤਖਤ ਛੱਤਰ ਚਵਰ ਦੇ
ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਸਤਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ ਤੇ ਸੁਭਾਈਮਾਨ ਹੋ ਕੇ ਜੋ ਮੁਖ ਵਾਕ ਸਤਿਗੁਰਾਂ ਨੇ ਬਖਸ਼ ਕੀਤਾ ਹੈ ਤਨਾਸਰੀ ਰਾਗ ਦੇ ਅੰਦਰ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 666 ਤੇ ਸੁਭਾਈਮਾਨ ਹੈ। ਸ਼ਬਦ ਦੇ ਸਿਰਲੇਖ ਵਿੱਚ ਘਰ ਪਹਿਲਾ ਇਹ ਤਾਲ ਨਾਲ ਗਾਉਣ ਨਾਲ ਸੰਬੰਧਿਤ ਹੈ ਕਿ ਘਰ ਪਹਿਲੇ ਦੇ ਅੰਦਰ ਸੰਗੀਤ ਨੂੰ ਧਿਆਨ ਵਿੱਚ ਰੱਖਦੇ ਹੋਇਆ ਇਸ ਸ਼ਬਦ ਦਾ ਗਾਇਨ ਕਰਨਾ ਹੈ। ਚਾਰ ਪਦੇ ਇਸ ਸ਼ਬਦ ਦੇ ਅੰਦਰ ਹਨ। ਚੌਪਦੇ ਮੰਗਲਾ ਚਰਨ ਹੈ, ਵਾਹਿਗੁਰੂ ਪਰਮਾਤਮਾ ਇੱਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਤਿਗੁਰੂ ਦੀ ਕਿਰਪਾ ਨਾਲ ਐਸਾ ਵਾਹਿਗੁਰੂ ਪਰਮਾਤਮਾ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਨੇ ਕਿਰਪਾ ਕੀਤੀ, ਪਾਠ ਸਮੁੱਚੇ ਸ਼ਬਦ ਦਾ ਆਪ ਜੀ ਨੇ ਸਰਵਨ ਕੀਤਾ ਹੈ। ਆਓ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਜਿੰਨੇ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ,
ਧਿਆਨ ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ। ਰਸਨ ਕਰੋ ਪਵਿੱਤਰ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਜਿੱਥੇ ਆਦਿ ਆਪਾਂ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ, ਸ੍ਰੀ ਅਕਾਲ ਤਖਤ ਸਾਹਿਬ ਦਾ ਅੱਜ ਸਾਜਨਾ ਦਿਵਸ ਵੀ ਹੈ। ਸਤਿਗੁਰੂ ਦੀ ਕਿਰਪਾ ਦੁਆਰਾ ਇਸ ਪਾਵਨ ਦਿਹਾੜੇ ਦੇ ਸੰਬੰਧੀ ਵੀ ਆਪਾਂ ਨੇ ਵਿਚਾਰ ਕਰਨੀ। ਆਓ ਸ਼ਬਦ ਦੀ ਵਿਚਾਰ ਰਹਾਓ ਦੇ ਬੰਧ ਤੋਂ ਆਰੰਭ ਕਰਨੀ ਹੈ। ਸਾਰੇ ਸਤਸੰਗੀ ਫਿਰ ਕਰੋ ਕਿਰਪਾ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ, ਹਰਿ ਗੁਣ ਕਹਿ ਨਾ ਸਕੋ ਬਨਵਾਰੀ। ਬਨਵਾਰੀ ਵਾਹਿਗੁਰੂ ਪਰਮਾਤਮਾ ਦਾ ਸਿਫਾਤੀ ਨਾਮ ਹੈ, ਕਿਉਂਕਿ ਪ੍ਰਭੂ ਜੀ ਹੇ ਪ੍ਰਭੂ ਜੀ ਮੈਂ ਤੇਰੇ ਗੁਣ ਕਹਿ ਨਹੀਂ ਸਕਦਾ। ਖਿਆਲ ਕਰਿਓ ਇਸੇ ਸ਼ਬਦ ਦੇ ਅੰਦਰ ਵਾਹਿਗੁਰੂ ਦੇ ਗੁਣ ਹੀ ਗਾਏ ਨੇ, ਵਾਹਿਗੁਰੂ ਦੀਆਂ ਸਿਫਤਾਂ ਹੀ ਕੀਤੀਆਂ ਨੇ, ਪਰ ਸ਼ਬਦ ਦੇ ਕੇਂਦਰੀ ਭਾਵ ਵਿੱਚ ਮਹਾਰਾਜ ਕਹਿ ਰਹੇ ਨੇ ਮੈਂ ਤੇਰੇ ਗੁਣ ਗਾ ਨਹੀਂ ਸਕਦਾ। ਸਮਝ ਆਇਆ ਕਿ ਵਾਹਿਗੁਰੂ ਦੇ ਗੁਣ ਗਾਣੇ ਜ਼ਰੂਰ ਹਨ, ਪਰ ਉਸ ਦਾ ਅੰਤ ਪਾਉਣ ਵਾਸਤੇ ਨਹੀਂ, ਬਲਕਿ ਸਿਫਤਾਂ ਕਰਕੇ ਗੁਣ ਗਾ ਕੇ ਉਸ ਵਿੱਚ ਲੀਨ ਹੋਣ ਵਾਸਤੇ ਗਾਣੇ, ਲੀਨ ਹੋਣ ਵਾਸਤੇ। ਵੇਖੋ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ, ਤੇਰਾ ਕਿਹੜਾ ਕਿਹੜਾ ਗੁਣ ਮੈਂ ਕਹਿ ਕਹਿ ਕੇ ਦੱਸਾਂ, ਕਿਉਂਕਿ ਵਾਹਿਗੁਰੂ ਜੀ ਤੋਂ ਗੁਣਾਂ ਦਾ ਖਜ਼ਾਨਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬਚਨ ਹੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਵਾਹਿਗੁਰੂ ਜੀ ਮਾਲਕ ਪ੍ਰਭੂ ਜੀ ਤੋਂ ਗੁਣਾਂ ਦਾ ਖਜ਼ਾਨਾ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਕਹਿ ਕੇ ਦੱਸਾਂ, ਜਿੰਨੇ ਮੈਂ ਬਿਆਨ ਕਰਾਂਗਾ ਉਸ ਤੋਂ ਵੀ ਤੇਰੇ ਅੰਦਰ ਗੁਣ ਵੱਧ ਹਨ, ਗਾਣੇ ਹਨ। ਕੇਵਲ ਤੇ ਕੇਵਲ ਸਾਧ ਸੰਗਤ
ਤੇ ਪੂਕਰ ਹੋਂ ਬੇਗਾਨਾ ਪੌਂਕਾ ਇਸ ਤਨ ਤਾਈ ਭਗਤ ਹੀਨ ਨਾਨਕ ਦੇ ਹੋਇਆ। ਫਿਰ ਧਿਆਨ ਦਿਓ, ਮਹਾਰਾਜ ਕਿਰਪਾ ਕਰਦੇ ਨੇ ਤੇਰੇ ਗੁਣ ਵਾਹਿਗੁਰੂ ਜੀ ਮੈਂ ਕਹਿ ਨਹੀਂ ਸਕਦਾ, ਪਰ ਗੁਰੂ ਨਾਨਕ ਪਾਤਸ਼ਾਹ ਜੀ ਅਰਦਾਸ ਕਰਦੇ ਨੇ ਤੇਰੇ ਗੁਣ ਗਾਵਾ ਦੇਹ ਬੁਝਾਈ। ਵਾਹਿਗੁਰੂ ਜੀ ਮੈਨੂੰ ਉਹ ਸਮਝ ਦੇ, ਮੈਨੂੰ ਉਹ ਸੋਚੀ ਦੇ, ਮੈਨੂੰ ਉਹ ਗਿਆਨ ਦੇ, ਮੈਂ ਤੇਰੇ ਗੁਣ ਗਾ ਸਕਾਂ। ਤੇਰੇ ਗੁਣ ਗਾਵਾ ਦੇਹ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇੱਕ ਵਚਨ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ, ਰੱਬ ਨੂੰ ਪ੍ਰਾਪਤ ਕਰਨ ਦਾ ਢੰਗ ਕੀ ਹੈ? ਜਪ ਤਪ ਜਾਂ ਹੋਰ ਕੋਈ ਕਰਮ ਕਾਂਡ ਨਹੀਂ, ਬਲਕਿ ਮਹਾਰਾਜ ਆਖਦੇ ਨੇ ਵਾਹਿਗੁਰੂ ਦੇ ਗੁਣ ਕਹੋ, ਵਾਹਿਗੁਰੂ ਦਾ ਨਾਮ ਜਪੋ, ਸਿਫਤਾਂ ਕਰੋ ਤੇ ਵਾਹਿਗੁਰੂ ਪਰਮਾਤਮਾ ਨੂੰ ਪ੍ਰਾਪਤ ਕਰ ਲਓ। ਗੁਣ ਕਹਿ ਕੇ ਸਿਫਤਾਂ ਕਰਕੇ ਆਵਾਜ਼ਾਂ ਮਾਰ ਕੇ ਬਾਲਕ ਨੂੰ ਪ੍ਰਾਪਤ ਕਰ ਲਓ। ਜਦੋਂ ਇਉਂ ਸਤਿਗੁਰ ਦਾ ਦਿੱਤਾ ਹੋਇਆ ਨਾਮ ਧਿਆਵਾਂਗੇ ਜਪਾਂਗੇ, ਮਹਾਰਾਜ ਆਖਦੇ ਨੇ ਦੁਨਿਆਵੀ ਸੁੱਖ ਨਹੀਂ, ਪਦਾਰਥ ਨਹੀਂ, ਬਲਕਿ ਦਰਗਾਹ ਦੇ ਵਿੱਚ ਵੀ ਚੰਗੇ ਲੱਗਾਂਗੇ। ਫਿਰ ਜਨਮ ਵਿੱਚ ਨਹੀਂ ਆਉਣਾ ਪਵੇਗਾ, ਕਿਉਂ? ਗੁਣ ਕਹਿ ਕੇ ਉਸ ਪਰਮ ਜੋਤ ਦੇ ਅੰਦਰ ਸਾਡੀ ਸੂਕਸ਼ਮ ਜੋਤ ਲੀਨ ਹੋ ਜਾਵੇਗੀ। ਮਹਾਰਾਜ ਕਿਰਪਾ ਕਰਦੇ ਨੇ, ਗੁਣ ਕਹੋ ਹਰ ਲਹੋ ਕਰ ਸੇਵਾ, ਕਰ ਸੇਵਾ ਸਤਿਗੁਰ ਇਵ ਹਰ ਹਰ ਨਾਮ ਧਿਆਈ, ਹਰ ਦਰਗਾਹ ਭਾਵੇਂ ਫਿਰ ਜਨਮ ਨਾ ਆਵੇਂ, ਹਰ 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 ਜੋਤ ਸਮਾਈ। ਗੁਣ ਕਹੋ ਕਿੱਥੇ ਇਹ ਭਾਵ ਨਹੀਂ ਕਿ ਅਸੀਂ ਗੁਣ ਗਾਰੀ ਨਹੀਂ, ਮਹਾਰਾਜ ਆਖਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ, ਵਾਹਿਗੁਰੂ ਜੀ ਮੇਰੇ ਅੰਦਰ ਇਕਾਗਰਤਾ ਨਹੀਂ, ਸ਼ਕਤੀ ਨਹੀਂ, ਮੈਂ ਤੇਰੇ ਮੁਕੰਮਲ ਗੁਣ ਕਹਿ ਸਕਾਂ ਆਖ ਸਕਾਂ, ਕਿਉਂਕਿ ਜੇਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਵਾਮੀ ਤੇਰੋ ਅੰਤ ਨਾ ਕਹੀਂ ਲਹੀ ਹੈ। ਰਹਾਉ ਦੀ ਪਹਿਲੀ ਪੰਕਤੀ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਬਨਵਾਰੀ, ਜਗਤ ਦੇ ਮਾਲਕ ਵਾਹਿਗੁਰੂ ਪਰਮਾਤਮਾ ਮੈਂ ਤੇਰੇ ਗੁਰ
ਰਹਿ ਨਹੀਂ ਸਕਦਾ। ਹਮ ਪਾਪੀ ਪਥਰ ਨੀਰ ਡੁੱਬਤਾ, ਕਰ ਕਿਰਪਾ ਪਾਖਣ ਹਮ ਤਾਰੇ। ਪਹਿਲੀ ਗੱਲ ਇਹ ਮੰਨ ਲਈਏ ਕਿ ਅਸੀਂ ਪਾਪੀ ਹਾਂ। ਭਗਤਾਂ ਨੇ ਵਾਹਿਗੁਰੂ ਪਰਮਾਤਮਾ ਨੂੰ ਸੰਬੋਧਨ ਹੋ ਕੇ ਜਿਵੇਂ ਸਾਹਮਣੇ ਖੜੇ ਹੋ ਕੇ ਗੱਲ ਕਰ ਰਹੇ ਹੋ ਕਿ ਰੱਬਾ ਤੇਰਾ ਨਾਮ ਹੈ ਪਤਿਤ ਪਾਵਨ, ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਤੇਰਾ ਨਾਮ ਹੈ, ਪਰ ਕਿਉਂ ਪਿਆ ਤੇਰਾ ਨਾਮ ਪਾਪੀਆਂ ਦਾ ਉਧਾਰ ਕਰਨ ਵਾਲਾ ਕਿਉਂ ਪਿਆ, ਤੇਰਾ ਨਾਮ ਪਤਿਤ ਪਾਵਨ ਕਿਉਂ ਪਿਆ, ਕਿਉਂਕਿ ਅਸੀਂ ਪਾਪੀਆਂ ਇਸ ਵਾਸਤੇ ਤੇਰਾ ਨਾਮ ਪਤਿਤ ਪਾਵਨ ਪੈ ਗਿਆ। ਤੇ ਜੇ ਮਹਾਰਾਜ ਭਗਤ ਰਵਿਦਾਸ ਜੀ ਆਖਦੇ ਨੇ ਕਿ ਅਸੀਂ ਪਾਪ ਨਾ ਕਰਦੇ ਤੇ ਤੈਨੂੰ ਪਤਿਤ ਪਾਵਨ ਕਿਹਨੇ ਕਹਿਣਾ ਸੀ, ਅਸੀਂ ਪਾਪੀ ਬਣ ਗਏ, ਅਸੀਂ ਪਾਪ ਕੀਤੇ ਜੀਵਾਂ ਨੇ ਤੇ ਤੈਨੂੰ ਪਤਿਤ ਪਾਵਨ ਕਹਿ ਦਿੱਤਾ ਗਿਆ। ਜੇ ਅਸੀਂ ਪਾਪ ਨਾ ਕਰਦੇ ਤੇ ਤੈਨੂੰ ਪਤਿਤ ਪਾਵਨ ਕਿਹਨੇ ਕਹਿਣਾ ਸੀ। ਮਹਾਰਾਜ ਪਾਵਨ ਬਾਰੀ ਦੇ ਅੰਦਰ ਕਰਦੇ ਨੇ, ਦੋ ਪੈ ਹਮਨ ਪਾਪ ਕੰਤਾ ਆਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਦਾ, ਤੈਨੂੰ ਪਤਿਤ ਪਾਵਨ ਕਿਹਨੇ ਕਹਿਣਾ ਸੀ। ਜੇ ਅਸੀਂ ਪਾਪ ਨਾ ਕਰਦੇ ਤੇ ਭਾਈ ਗੁਰਦਾਸ ਜੀ ਬਖਸ਼ਿਸ਼ ਦੇ ਘਰ ਵਿੱਚ ਆ ਕੇ ਆਖਦੇ ਨੇ ਵਾਹਿਗੁਰੂ ਜੀ, ਜਦੋਂ ਮੈਂ ਇਹ ਸੁਣਦਾ ਹਾਂ ਕਿ ਤੂੰ ਭਗਤਾਂ ਨਾਲ ਪਿਆਰ ਕਰਦਾ, ਭਗਤੀ ਕਰਨ ਵਾਲਿਆਂ ਨਾਲ ਪਿਆਰ ਕਰਦਾ, ਮੇਰਾ ਅੰਦਰ ਕੰਮ ਜਾਂਦਾ ਹੈ, ਪਰ ਜਦੋਂ ਮੈਂ ਇਹ ਸੁਣਦਾ ਹਾਂ ਕਿ ਤੂੰ ਪਤਿਤਾਂ ਦਾ ਉਧਾਰ ਕਰਨ ਵਾਲਾ ਹੈ ਤੇ ਫਿਰ ਮੈਨੂੰ ਹੌਸਲਾ ਜਿਹਾ ਵੱਧ ਜਾਂਦਾ ਹੈ ਕਿ ਮੇਰਾ ਵੀ ਉਧਾਰ ਹੋ ਜਾਵੇਗਾ। ਭਗਤ ਵਚਨ ਸੁਣ ਹੋਤ ਹੁਣ ਦਾਸ ਪਤਿਤ ਪਾਵਨ ਜਦੋਂ ਮੈਂ ਸੁਣਦਾ ਤੂੰ ਭਗਤਾਂ ਨਾਲ ਪਿਆਰ ਕਰਦਾ, ਭਗਤੀ ਕਰਨ ਵਾਲਿਆਂ ਨਾਲ ਪਿਆਰ ਕਰਦਾ, ਮੈਨੂੰ ਡਰ ਲੱਗਦਾ ਹੈ, ਪਰ ਜਦੋਂ ਮੈਂ ਸੁਣਦਾ ਤੂੰ ਭਗਤ ਵਸ਼ਲ ਨਾਲ ਦੀ ਨਾਲ ਪਤਿਤ ਪਾਵਨ ਵੀ ਹੈ ਤੇ ਫਿਰ ਮੈਨੂੰ ਹੌਸਲਾ ਜਿਹਾ ਵੱਧ ਜਾਂਦਾ ਹੈ ਵੀ ਮੇਰਾ ਵੀ ਉਧਾਰ ਹੋ ਜਾਵੇਗਾ। ਸਤਸੰਗਤ, ਪਾਪੀ ਲੋਕ ਬੜੇ ਹੋਏ, ਨਾਮ ਵੀ ਬਾਣੀ ਵਿੱਚ ਉਹਨਾਂ ਦੇ ਲਿਖੇ ਨੇ, ਨਾਮ ਵੀ ਬਾਣੀ ਵਿੱਚ ਆਏ,
ਗਨਕਾ ਵਰਗੇ, ਅਜ਼ਾਮ ਮਲ ਵਰਗੇ, ਗਜ਼ ਵਰਗੇ, ਪਰ ਉਹਨਾਂ ਬਾਰੇ ਵੀ ਇੱਕ ਗੱਲ ਕਹੀ ਕਿ ਜਦੋਂ ਉਹਨਾਂ ਨੇ ਨਾਮ ਜਪਿਆ, ਗੁਰਮੁਖਾਂ ਦੀ ਸੰਗਤ ਕੀਤੀ, ਅਸੀਂ ਪਾਪੀ ਹਾਂ, ਕਠੋਰ ਚਿੱਤ ਹਾਂ, ਪੱਥਰ ਵਰਗੇ ਹਾਂ, ਸੰਸਾਰ ਸਮੁੰਦਰ ਦੇ ਵਿਕਾਰਾਂ ਵਿੱਚ ਪਾਣੀ, ਜਿਹੜੇ ਵਿਕਾਰਾਂ ਦੇ ਪਾਣੀ ਵਿੱਚ ਪੱਥਰ ਦੀ ਤਰ੍ਹਾਂ ਡੁੱਬ ਰਹੇ ਆ, ਤੇ ਕਠੋਰ ਚਿੱਤ ਹਾਂ, ਕਿਰਪਾ ਕਰਕੇ ਸਾਨੂੰ ਤਾਰ ਲੈ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਵਾਹਿਗੁਰੂ ਜੀ, ਜਿਨ੍ਹਾਂ ਪੱਥਰਾਂ ਦੇ ਉੱਤੇ ਵੀ ਤੇਰਾ ਨਾਮ ਉਕਰਿਆ ਗਿਆ, ਉਹ ਵੀ ਤਰ ਗਏ। ਅਸੀਂ ਤਾਂ ਇਨਸਾਨੀ ਜਾਮੇ ਦੇ ਵਿੱਚ ਆਏ ਹਾਂ, 84 ਲੱਖ ਜੂਨੀ ਦੇ ਸਰਦਾਰ ਹਾਂ, ਜੇ ਤੇਰੀ ਕਿਰਪਾ ਸਾਡੇ ਉੱਤੇ ਵੀ ਹੋ ਜਾਵੇ, ਸਾਡਾ ਵੀ ਪਾਰ ਉਤਾਰਾ ਹੋ ਸਕਦਾ, ਅਸੀਂ ਵੀ ਪਾਰ ਉਤਰ ਸਕਦੇ। ਹਰ ਗੁਣ ਕਹਿ ਨਾ ਸਕੋ ਬਨਵਾਰੀ, ਹਮ ਪਾਪੀ ਪਾਥਰ ਨੀਰ ਡੁਬਤ। ਮਹਾਰਾਜ ਆਖਦੇ ਨੇ, ਵਾਹਿਗੁਰੂ ਜੀ, ਅਸੀਂ ਕਠੋਰ ਚਿੱਤ ਪੱਥਰ ਵਰਗੇ ਸੰਸਾਰ ਸਮੁੰਦਰ ਦੇ ਵਿਕਾਰਾਂ ਦੇ ਪਾਣੀ ਵਿੱਚ ਡੁੱਬ ਰਹੇ ਹਾਂ, ਕਿਰਪਾ ਕਰਕੇ ਸਾਨੂੰ ਵੀ ਤਾਰ ਲੈ, ਸਾਡਾ ਵੀ ਪਾਰ ਉਤਾਰਾ ਕਰ ਦੇ। ਧਨਾਸਰੀ ਮਹੱਲਾ ਚੌਥਾ, ਕਰ ਪਹਿਲਾ ਚੌਪਦੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੋ ਹਰ ਸੇਵਹਿ ਸੰਤ ਭਗਤ, ਤਿਨਕੇ ਸਭ ਪਾਪ ਨਿਵਾਰੀ। ਜਿਹੜੇ ਤੇਰੇ ਸੰਤ, ਤੇਰੇ ਭਗਤ, ਵਾਹਿਗੁਰੂ ਜੀ, ਤੈਨੂੰ ਸੇਵਦੇ ਨੇ, ਤੇਰਾ ਸਿਮਰਨ ਕਰਦੇ ਨੇ, ਉਹਨਾਂ ਦੇ ਸਾਰੇ ਪਾਪ ਤੋਂ ਦੂਰ ਕਰਦੇ ਨੇ। ਸੰਤ ਅੱਖਰ ਸੁਣ ਕੇ, ਭਗਤ ਅੱਖਰ ਸੁਣ ਕੇ, ਸਾਡਾ ਧਿਆਨ ਕੁਦਰਤੀ ਤੌਰ 'ਤੇ ਕਿਸੇ ਪਹਿਰਾਵੇ ਵੱਲ ਚਲਾ ਜਾਵੇਗਾ, ਕਿਸੇ ਭੇਖ ਵੱਲ ਚਲਾ ਜਾਵੇਗਾ। ਪਰ ਨਹੀਂ, ਇੱਥੇ ਸੰਤ ਕੌਣ ਨੇ, ਭਗਤ ਕੌਣ ਨੇ, ਜਿਹੜਾ ਵਾਹਿਗੁਰੂ ਪਰਮਾਤਮਾ ਨੂੰ ਸੇਵਦਾ ਹੈ। ਹੈਰਾਨੀ ਦੀ ਗੱਲ, ਆਪਾਂ ਜਿੰਨੇ ਬੈਠੇ ਆ, ਸਾਡਾ ਆਪਣੇ ਆਪ ਵੱਲ ਧਿਆਨ ਨਹੀਂ ਜਾਏਗਾ ਕਿ ਅਸੀਂ ਵੀ ਸੰਤ ਹਾਂ, ਅਸੀਂ ਵੀ ਭਗਤ ਹਾਂ। ਮੇਰੀ ਬੇਨਤੀ, ਜੇ ਪਾਪਨ ਗਨਕਾ
ਪਾਪਾਂ ਦਾ ਹਾਰ ਪਰੋ ਕੇ ਗਲ ਵਿੱਚ ਪਾਉਣ ਵਾਲੀ ਸੰਤ ਬਣ ਸਕਦੀ ਏ, ਭਗਤ ਬਣ ਸਕਦੀ ਏ। ਤੇ ਪਿਆਰਿਓ, ਗੁਰੂ ਘਰ ਵਿੱਚ ਰੋਜ਼ ਆਉਣ ਵਾਲੇ, ਸੰਗਤ ਵਿੱਚ ਬੈਠਣ ਵਾਲੇ, ਬਾਣੀ ਪੜ੍ਹਨ ਵਾਲੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨਣ ਵਾਲੇ, ਕੀ ਅਸੀਂ ਸੰਤ ਭਗਤ ਨਹੀਂ ਬਣ ਸਕਦੇ? ਜੇ ਕਬੀਰ ਜੀ, ਰਵਿਦਾਸ ਜੀ ਜਾਂ ਹੋਰ ਭਗਤ ਜਿਨ੍ਹਾਂ ਦਾ ਸੰਬੰਧ ਉੱਚੀਆਂ ਜਾਤੀਆਂ ਦੇ ਨਾਲ ਨਹੀਂ, ਵਾਹਿਗੁਰੂ ਦਾ ਨਾਮ ਜਪ ਕੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਸਕਦੇ ਨੇ, ਕੀ ਅਸੀਂ ਨਹੀਂ ਬਣ ਸਕਦੇ? ਪੜ੍ਹਦੇ ਹਾਂ ਨਾ ਰੋਜ਼ ਗੋਬਿੰਦ 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 ਸੰਗ ਨਾਮ ਦਿਓ ਮਨ ਡੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ। ਸ਼ਬਦ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੈ, ਬੇਨਤੀ ਕਰਾਂ, ਜ਼ਿਕਰ ਹੈ ਨਾਮ ਦੇਵ ਦਾ, ਕਬੀਰ ਦਾ, ਰਵਿਦਾਸ ਦਾ, ਸੈਨ ਜੀ ਦਾ ਤੇ ਧੰਨਾ ਜੀ ਦਾ। ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ ਤੇ ਵਾਹਿਗੁਰੂ ਨੇ ਨਾਮ ਜਪਣ ਦੇ ਬਦਲੇ ਵਿੱਚ ਕੀ ਕੀਤਾ? ਉਹਨਾਂ ਦੇ ਸਾਰੇ ਪਾਪ ਨਿਵਾਰ ਦਿੱਤੇ। ਧਨਾਸਰੀ ਰਾਗ ਦੇ ਭਗਤ ਬਾਣੀ ਦੇ ਵਿੱਚ ਕਬੀਰ ਸਾਹਿਬ ਜੀ ਦਾ ਬਚਨ ਹੈ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਹੇ ਭਾਈ, ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਸਿਮਰ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਕਾਈ। ਅਖੀਰ ਵਿੱਚ ਜਾ ਕੇ ਕਿਰਪਾ ਕੀਤੀ, ਅਜਾਮਲ ਗਜ ਗਨਕਾ, ਪਤਿਤ ਕਰਮ ਕੀਨੇ ਤਿਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ। ਇਹਨਾਂ ਨੇ ਨਾਮ ਜਪਿਆ, ਲੰਘ ਗਏ, ਪਾਰ ਉਤਰ ਗਏ ਨਾਮ ਜਪ ਕੇ। ਪਤਿਤ ਸਨ, ਪਵਿੱਤਰ ਹੋ ਗਏ, ਪਾਪੀ ਸਨ, ਪੁੰਨੀ ਬਣ ਗਏ। ਸਤਿਗੁਰੂ ਕਿਰਪਾ ਕਰਦੇ ਨੇ ਜਿਹੜੇ ਤੇਰੇ ਸੰਤ ਤੇਰੇ ਭਗਤ, ਕਿਉਂਕਿ ਸੰਤ ਕਿਸੇ ਭੇਖ ਦਾ ਨਾਮ ਨਹੀਂ, ਭਗਤ ਕਿਸੇ ਭੇਖ ਦਾ ਨਾਮ ਨਹੀਂ। ਮਹਾਰਾਜ ਆਖਦੇ ਨੇ ਨਾ, ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਤੇਰੇ ਸੰਤ ਤੇਰੇ ਭਗਤ ਤੈਨੂੰ ਸੇਵਦੇ ਹਨ ਵਾਹਿਗੁਰੂ ਜੀ, ਤੇਰਾ ਸਿਮਰਨ ਕਰਦੇ ਹਨ, ਸਿਮਰਨ ਦੇ ਬਦਲੇ ਉਹਨਾਂ ਦੇ ਸਾਰੇ ਪਾਪ ਤੋਂ ਦੂਰ ਕਰ ਦਿੰਦਾ ਹੈ। ਕਿਉਂਕਿ ਭਰੀਏ ਮਤ ਪਾਪਾ ਕੈ ਸੰਗ, ਉਹ ਧੁਪੈ ਨਾਮ ਕੈ ਰੰਗ। ਹਮ ਉਪਰ ਕਿਰਪਾ ਕਰ ਸੁਆਮੀ, ਰੱਖ ਸੰਗਤ ਤੁਮ ਜੋ ਪਿਆਰੀ।
ਸਾਡੇ ਉੱਤੇ ਵੀ ਮਾਲਕ ਪ੍ਰਭੂ ਕਿਰਪਾ ਕਰ, ਸਾਨੂੰ ਉਸ ਸੰਗਤ ਵਿੱਚ ਰੱਖ ਜਿਹੜੀ ਸੰਗਤ ਤੈਨੂੰ ਪਿਆਰੀ ਹੈ। ਹੁਣ ਵਾਹਿਗੁਰੂ ਨੂੰ ਸੰਗਤ ਕਿਹੜੀ ਪਿਆਰੀ ਹੈ? ਰੋਜ਼ ਬਾਬਾ ਨਾਨਕ ਦੇ ਬਚਨ ਆਪਾਂ ਪੜ੍ਹਦੇ ਹਾਂ, ਸਤ ਸੰਗਤ ਕੈਸੀ ਜਾਰੀ ਹੈ, ਜਿੱਥੇ ਏਕੋ ਨਾਮ ਵਖਾਰੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਉੱਤਮ ਸੰਗਤ ਉੱਤਮ ਹੋਵੇ, ਗੁਰੂ ਦੀ ਉੱਤਮ ਸੰਗਤ ਵਿੱਚ ਬੈਠ ਕੇ ਬੰਦਾ ਉੱਤਮ ਹੋ ਜਾਂਦਾ, ਸ੍ਰੇਸ਼ਟ ਬਣ ਜਾਂਦਾ। ਕਿਉਂ? ਜਦੋਂ ਗੁਰੂ ਕਿਰਪਾ ਕਰਦਾ ਬੰਦਾ ਗੁਣਾਂ ਵੱਲ ਦੌੜਦਾ ਤੇ ਔਗੁਣਾਂ ਨੂੰ ਛੱਡਦਾ। ਮੇਰੀ ਬੇਨਤੀ, ਗੁਰੂ ਦੀ ਸੰਗਤ ਕਰਨ ਦਾ ਲਾਭ ਹੀ ਇਹੋ ਹੈ, ਅਸੀਂ ਗੁਣ ਕਰੀਏ, ਗ੍ਰਹਿਣ ਕਰੀਏ ਤੇ ਔਗੁਣ ਜਿਹੜੇ ਨੇ ਇਹਨਾਂ ਨੂੰ ਛੱਡੀਏ। ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਔਗੁਣ ਧੋਵੈ, ਔਗੁਣਾਂ ਨੂੰ ਧੋਂਦੀ ਹੈ ਆਪਣੇ ਅੰਦਰੋਂ ਕੌਣ? ਜਿਹੜਾ ਗੁਰੂ ਦੀ ਉੱਤਮ ਸੰਗਤ ਕਰਕੇ ਉੱਤਮ ਜੀਵਨ ਵਾਲਾ ਬਣ ਜਾਂਦਾ, ਉਹ ਔਗੁਣਾਂ ਵੱਲੋਂ ਤੋਬਾ ਕਰਦਾ ਤੇ ਗੁਣਾਂ ਵਾਲੇ ਪਾਸੇ ਦੌੜਦਾ, ਗੁਣਾਂ ਵਾਲੇ ਪਾਸੇ ਭੱਜਦਾ। ਤੇ ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਸਾਡੇ ਉੱਤੇ ਕਿਰਪਾ ਕਰ, ਸਾਨੂੰ ਉਸ ਸੰਗਤ ਵਿੱਚ ਰੱਖ ਜਿਹੜੀ ਤੈਨੂੰ ਪਿਆਰੀ ਹੈ। ਸਾਧ ਸੰਗਤ ਕੇਵਲ ਇਹ ਬਚਨ ਪੜ੍ਹਦੇ ਨਹੀਂ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਨਿਜ ਘਰ ਮੇਰੋ ਸਾਧ ਸੰਗਤ ਨਾਰਦ ਬੁਨ, ਸਾਧ ਸੰਗਤ ਦਰਸ਼ਨ ਮੇਰੋ ਨਿਜ ਰੂਪ ਹੈ। ਮਹਾਰਾਜ ਕਿਰਪਾ ਕਰਦੇ ਨੇ, ਸੰਗਤ ਸਾਨੂੰ ਉਸ ਵਿੱਚ ਰੱਖ ਵਾਹਿਗੁਰੂ ਜੀ ਸਾਡੇ ਉੱਤੇ ਕਿਰਪਾ ਕਰ ਜਿਹੜੀ ਤੈਨੂੰ ਪਿਆਰੀ ਹੈ। ਐਵੇਂ ਨਹੀਂ ਹਰ ਬਗਤਾ ਤੁਹਾਨੂੰ ਸੰਬੋਧਨ ਕਰਕੇ ਕਹਿੰਦਾ ਵੱਡੇ ਭਾਗਾਂ ਵਾਲੇ ਹੋ, ਗੁਰੂ ਦੀ ਸੰਗਤ ਹਰ ਇੱਕ ਨੂੰ ਨਸੀਬ ਨਹੀਂ ਆਉਂਦੀ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਕਿਉਂਕਿ ਮਹਾਰਾਜ ਕਿਰਪਾ ਕਰਦੇ ਨੇ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਸਾਡੇ ਉੱਤੇ ਕਿਰਪਾ ਕਰ ਵਾਹਿਗੁਰੂ, ਸਾਨੂੰ ਉਸ ਸੰਗਤ ਦੇ ਵਿੱਚ ਰੱਖ ਜਿਹੜੀ ਸੰਗਤ ਤੈਨੂੰ ਪਿਆਰੀ ਹੈ। ਹਰ ਗੁਣ ਕਹ ਨਾ ਸਕੋ ਬਨਵਾਰੀ, ਹਮ ਪਾਪੀ ਪਾਥਰ ਨੀਰ ਡੁਬਤਾ, ਕਰ ਕਿਰਪਾ ਪਾਖਣ ਹਮ ਤਾਰੀ ਰਹਾਉ। ਜਨਮ ਜਨਮ ਕੇ ਲਾਗੇ ਬਿਖ ਮੋਰਚਾ, ਲਾਗ ਸੰਗਤ ਸਾਧ ਸਵਾਰੀ। ਮਹਾਰਾਜ ਕਿਰਪਾ ਕਰਦੇ ਨੇ ਜਨਮਾਂ ਜਨਮਾਂ ਦਾ ਬਿਖ ਮੋਰਚਾ, ਜ਼ਹਿਰ ਦਾ ਜੰਗਾਲ ਸਾਨੂੰ ਲੱਗਾ ਹੋਇਆ। ਬਿਖ ਮੋਰਚਾ ਤੋਂ ਭਾਵ ਮਾਇਆ ਦੀ ਜ਼ਹਿਰ ਦਾ, ਵਕਾਰਾਂ ਦੀ ਜ਼ਹਿਰ ਦਾ ਸਾਨੂੰ ਜੰਗਾਲ ਲੱਗਾ, ਉੱਲੀ ਲੱਗੀ ਹੋਈ।
ਆਪਾਂ ਉੱਲੀ ਕਹਿ ਦਿੰਦੇ ਹਾਂ, ਜੰਗਾਲ ਕਹਿ ਦਿੰਦੇ ਹਾਂ, ਇੱਥੇ ਮੋਰਚਾ ਸ਼ਬਦ ਵਰਤਿਆ। ਮਹਾਰਾਜ ਆਖਦੇ ਨੇ ਵਾਹਿਗੁਰੂ ਜੀ ਸਾਨੂੰ ਜੀਵਾਂ ਨੂੰ ਜਨਮਾਂ ਜਨਮਾਂ ਦਾ ਮਾਇਆ ਦੀ ਜ਼ਹਿਰ ਦਾ, ਵਿਕਾਰਾਂ ਦੀ ਜ਼ਹਿਰ ਦਾ ਜੰਗਾਲ ਲੱਗਾ ਹੋਇਆ ਹੈ। ਸੰਗਤ ਵਿੱਚ ਸਾਨੂੰ ਲਾ ਦੇ, ਕਿਉਂਕਿ ਗੁਰੂ ਦੀ ਸੰਗਤ ਵਿੱਚ ਲੱਗ ਕੇ ਇਹ ਜੰਗਾਲ, ਇਹ ਜ਼ਹਿਰ ਉਤਰ ਜਾਂਦਾ ਹੈ, ਇਹ ਜੰਗਾਲ, ਇਹ ਜ਼ਹਿਰ ਉਤਰ ਜਾਂਦਾ ਹੈ। ਕਿਉਂਕਿ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰੂ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤਾਂ ਨਾਨਕ ਤ੍ਰਿਸ਼ਟ ਦੇਹਾ। ਟਿਕ ਜਾਂਦਾ ਹੈ ਬੰਦਾ ਜਦੋਂ ਗੁਰੂ ਕੀ ਸੰਗਤ ਮਿਲ ਜਾਂਦੀ। ਇੱਕ ਸ਼ਬਦ ਆਪਾਂ ਭਾਈ ਗੁਰਦਾਸ ਜੀ ਦਾ ਕਵਿਤ ਬਹੁਤ ਵਾਰੀ ਪੜ੍ਹਦੇ ਹਾਂ, ਪਵਨ ਗਵਨ ਗੁੱਡੀਆ ਉਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ, ਡੋਰੀ ਕੀ ਮਰੋਰ ਜੈਸੇ ਲਟਵਾ ਫਿਰਤ ਰਹੇ, ਤਾਓ ਹਾਓ ਮਿਟੈ ਗਿਰ ਪਰੈ ਹੋਏ ਥਕਤ ਹੈ, ਜਿਉਂ ਕੰਚਨ ਅਸ਼ੁੱਧ ਕੁਠਾਰੀ ਠਹਿਰਾਤ ਨਾਹੀਂ, ਸੁਧ ਪੈ ਨੇਚਰ ਸਭ ਕੋ ਸ਼ਕਤ ਹੈ, ਦੁਰਮਤ ਦੁਬਦਾ ਭ੍ਰਮਤ ਹੈ ਚਤੁਰ ਕੁੰਟ, ਗੁਰਮਤ ਏਕ ਟੇਕ ਮੋਨ ਨਾ ਬਖਤ ਹੈ। ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਜੀ ਜਨਮਾਂ ਜਨਮਾਂ ਦਾ ਵਿਕਾਰਾਂ ਦੀ ਜ਼ਹਿਰ, ਮਾਇਆ ਦੀ ਜ਼ਹਿਰ ਦਾ ਮੋਰਚਾ ਜੰਗਾਲ ਉੱਲੀ ਸਾਨੂੰ ਲੱਗੀ ਹੋਈ, ਸੰਗਤ ਦੇ ਵਿੱਚ ਮਿਲ ਕੇ, ਗੁਰੂ ਦੀ ਸੰਗਤ ਵਿੱਚ ਮਿਲ ਕੇ ਇਹ ਜੰਗਾਲ ਮੋਰਚਾ ਲੈ ਸਕਦਾ ਹੈ। ਜਿਉਂ ਕੰਚਨ ਬੈਸੰਤੁਰ ਤਾਇਓ, ਮਲ ਕਾਟੇ ਕਟਿਤ ਉਤਾਰੀ। ਉਦਾਹਰਣ ਦਿੱਤੀ ਹੈ, ਐਗਜ਼ਾਮਪਲ ਦਿੱਤੀ ਹੈ ਕਿ ਜਿਵੇਂ ਸੋਨੇ ਨੂੰ ਕੁਠਾਲੀ ਵਿੱਚ ਪਾ ਦਈਏ ਤੇ ਉਹਨੂੰ ਥੱਲਿਓ ਸੇਕ ਦੇਈਏ ਅੱਗ ਦਾ, ਤੇ ਖੋਟ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਮਿਲ ਜਾਈਏ, ਵਿਕਾਰਾਂ ਦੀ ਲੱਗੀ ਹੋਈ ਮੈਲ, ਜੰਗਾਲ ਉੱਲੀ ਜਿਹੜੀ ਹੈ ਉਹ ਲੈ ਜਾਂਦੀ, ਜੰਗਾਲ ਲੈ ਜਾਂਦਾ ਹੈ। ਮਹਾਰਾਜ ਕਿਰਪਾ ਕਰਦੇ ਨੇ, ਕੰਚਨ ਬੈਸੰਤ ਜਿਉਂ ਕੰਚਨ ਬੈਸੰਤਰ ਤਾਇਓ, ਮਲ ਕਾਟੀ ਕੜਤ ਉਤਾਰੀ। ਜਿਵੇਂ ਸੋਨੇ ਨੂੰ ਸ਼ੁੱਧ ਕਰਨ ਵਾਸਤੇ, ਬੇਸ਼ੱਕ ਆਪਾਂ ਕਹੀ ਜਾਈਏ ਸੁਨਿਆਰੇ ਨੂੰ ਬੜਾ ਸ਼ੁੱਧ ਹੈ, ਪਰ ਨਹੀਂ, ਉਹਨੂੰ ਤਸੱਲੀ ਨਹੀਂ, ਖਜ਼ਾਨੇ ਵਿੱਚ ਤਾਂ ਪਾਏਗਾ ਪਹਿਲਾਂ ਕਸਵੱਟੀ ਲਾਏਗਾ, ਪਹਿਲਾਂ ਕੁਠਾਰੀ ਵਿੱਚ ਪਾਏਗਾ। ਕਿਉਂਕਿ ਜਦੋਂ ਤੱਕ ਸੋਨੇ ਦੇ ਅੰਦਰ ਮੈਲ ਹੈ ਉਹ ਕੁਠਾਰੀ ਦੇ ਅੰਦਰ ਚੱਕਰ ਕੱਢਦਾ ਰਹੇਗਾ, ਪਰ ਜਦੋਂ ਸ਼ੁੱਧ ਹੋ ਗਿਆ ਸੋਨਾ ਠਹਿਰ ਜਾਵੇਗਾ। ਬਿਲਕੁਲ ਪਿਆਰਿਓ, ਗੁਰੂ ਕੀ ਮੱਤ, ਗੁਰੂ ਦੀ ਸੰਗਤ ਜਦੋਂ ਤੱਕ ਜੀਵਨ ਦੇ ਅੰਦਰ ਪ੍ਰਾਪਤ ਨਹੀਂ, ਮਨ ਨਹੀਂ ਟਿਕਦਾ, ਪਰ ਜਦੋਂ ਗੁਰੂ ਦੀ ਸੰਗਤ, ਗੁਰੂ ਦੀ ਮੱਤ ਆ ਜਾਂਦੀ ਏ, ਮਨ ਟਿਕ ਜਾਂਦਾ ਹੈ, ਮਨ ਟਿਕਾਅ ਵਿੱਚ ਆ ਜਾਂਦਾ ਹੈ। ਹਰ ਹਰ ਜਪਨਾ ਜਪੋ ਦਿਨ ਰਾਤੀ, ਜਪ ਹਰ 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 ਉਰਤਾਰੀ। ਇਸ ਵਾਸਤੇ ਮਹਾਰਾਜ
ਆਖਦੇ ਨੇ ਮੈਂ ਜਪੂ, ਮੈਂ ਜਪਦਾ ਹਾਂ ਦਿਨ ਰਾਤ ਵਾਹਿਗੁਰੂ ਪਰਮਾਤਮਾ ਦਾ ਨਾਮ, ਤੇ ਜਪ ਜਪ ਕੇ ਉਹਨੂੰ ਹਿਰਦੇ ਦੇ ਵਿੱਚ ਵਸਾਉਂਦਾ ਹਾਂ, ਹਿਰਦੇ ਦੇ ਵਿੱਚ ਧਾਰਨ ਕਰਦਾ ਹਾਂ। ਹਰ 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 ਔਖਦ ਜਗ ਪੂਰਾ, ਜਪ ਹਰ ਹਰ ਹਉ ਮੈਂ ਮਾਰੀ। ਸਤਿਗੁਰਾਂ ਨੇ ਬੜੀ ਕਿਰਪਾ ਕੀਤੀ, ਆਖਦੇ ਨੇ ਜਿਹੜਾ ਹਰੀ ਦਾ ਨਾਮ ਹੈ ਇਹ ਮੁਕੰਮਲ ਦਵਾਈ ਹੈ, ਮੁਕੰਮਲ ਦਵਾਈ, ਭਾਵ ਨਿਸ਼ਚੇ ਆਪਣਾ ਅਸਰ ਕਰਦੀ। ਆ ਜਦੋਂ ਆਪਾਂ ਡਾਕਟਰ ਕੋਲ ਜਾਂਦੇ ਹਾਂ ਆਪਣੀ ਬੁੱਧ ਦੇ ਮੁਤਾਬਕ, ਡਾਕਟਰ ਲੋਕ ਦਵਾਈ ਦਿੰਦੇ ਨੇ ਤੇ ਅਸੀਂ ਕਹਿੰਦੇ ਹਾਂ ਡਾਕਟਰ ਸਾਹਿਬ ਇਹ ਦਵਾਈ ਖਾ ਕੇ ਸਾਨੂੰ ਆਰਾਮ ਆ ਜਾਏਗਾ, ਤੇ ਡਾਕਟਰ ਕਹਿੰਦਾ ਜੀ ਮੈਂ ਆਪਣੀ ਮਤ ਦੇ ਮੁਤਾਬਕ ਦਵਾਈ ਦਿੱਤੀ, ਵਾਹਿਗੁਰੂ ਕਿਰਪਾ ਕਰੇਗਾ। ਵੇਖੋ ਉਹ ਵੀ ਆਖਦਾ ਵਾਹਿਗੁਰੂ ਕਿਰਪਾ ਕਰੇਗਾ ਤੁਹਾਨੂੰ ਆਰਾਮ ਆ ਜਾਏਗਾ, ਕਿਉਂਕਿ ਔਖਦ ਆਇਆ ਰਾਸ, ਔਖਦ ਰਾਸ ਆ ਜਾਂਦਾ, ਕਾਟ ਕਰਦਾ, ਰੋਗ ਨੂੰ ਕੱਟਦਾ, ਪਰ ਜਦੋਂ ਵਿੱਚ ਵਾਹਿਗੁਰੂ ਪਰਮਾਤਮਾ ਆਪ ਖਲੋ ਜਾਂਦਾ, ਵਾਹਿਗੁਰੂ ਪਰਮਾਤਮਾ ਆਪ ਖਲੋ ਜਾਂਦਾ, ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਦਾ ਨਾਮ ਮੁਕੰਮਲ ਦਵਾਈ ਏ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮ ਕੀ ਫੰਦਾ। ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਦਾ ਨਾਮ ਮੁਕੰਮਲ ਦਵਾਈ ਹੈ, ਤੇ ਮੈਂ ਇਸ ਦਵਾਈ ਨੂੰ ਲੈ ਕੇ ਹਉਮੈ ਦਾ ਰੋਗ ਜਿਹੜਾ ਲਾ ਇਲਾਜ ਹੈ, ਜਿਹਦਾ ਇਲਾਜ ਕੋਈ ਨਹੀਂ, ਪਰ ਮਹਾਰਾਜ ਆਖਦੇ ਨੇ ਮੈਂ ਉਹਨੂੰ ਕੱਟ ਰਿਹਾ, ਕਿਉਂਕਿ ਹਉਮੈ ਦੇ ਰੋਗ ਨੂੰ ਮਕਟਾਉਣ ਵਾਸਤੇ ਕੇਵਲ ਨਾਮ ਦਵਾਈ ਕੰਮ ਕਰਦੀ ਹੈ। ਹਰ ਹਰ ਅਗਮ ਅਗਾਧ ਬੋਧਾ, ਅਪਰੰਪਰ ਪੁਰਖ ਅਪਾਰੀ। ਇਹ ਵਾਹਿਗੁਰੂ ਪਰਮਾਤਮਾ ਦੇ ਸਿਫਾਤੀ ਨਾਮ ਨੇ, ਅਗਮ ਅਪਹੁੰਚ, ਅਗਾਧ ਬੋਧ, ਭਾਵ ਜਿਹੜਾ ਡੂੰਘਾ ਹੈ, ਜਿਹਨੂੰ ਸਮਝਣਾ ਬੜਾ ਔਖਾ ਹੈ, ਜਿਸ ਨੂੰ ਸਮਝਣਾ ਬੜਾ ਔਖਾ ਹੈ, ਫਿਰ ਮਹਾਰਾਜ ਕਿਰਪਾ ਕਰਦੇ ਨੇ, ਪਰੇ ਤੋਂ ਪਰੇ ਆ, ਬੇਅੰਤ ਹੈ, ਸਰਵ ਵਿਆਪਕ ਹੈ। ਜਨ ਕੋ ਕਿਰਪਾ ਕਰੋ ਜਗ ਜੀਵਨ, ਜਨ ਨਾਨਕ ਪੈਜ ਸਵਾਰੀ। ਗੁਰੂ ਰਾਮਦਾਸ ਪਾਤਸ਼ਾਹ ਜੀ ਅਰਦਾਸ ਕਰਦੇ ਨੇ, ਮੇਰੇ ਮਾਲਕ ਪ੍ਰਭੂ ਮੇਰੇ ਉੱਤੇ ਕਿਰਪਾ ਕਰ, ਮੇਰੇ ਉੱਤੇ ਆਪਣੀ ਰਹਿਮਤ ਕਰ, ਇਹ ਜਗਤ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ ਜੀ, ਮੈਨੂੰ ਵੀ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ ਜਾਵੇ, ਤੇਰਾ ਨਾਮ ਪ੍ਰਾਪਤ ਹੋ ਜਾਵੇ, ਤੇ ਕਿਰਪਾ ਕਰਕੇ ਇਹ ਦਾਤ ਮੈਨੂੰ ਦੇ, ਇਸ ਤਰ੍ਹਾਂ ਮੇਰੀ ਲਾਜ ਜਿਹੜੀ ਨਾ ਉਹ ਰੱਖ, ਇਸ ਸੰਸਾਰ ਸਮੁੰਦਰ ਤੋਂ ਤਰਨ ਦਾ ਮੈਨੂੰ ਇਹ ਸਾਧਨ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਵੇ। ਸਮੁੱਚਾ ਸ਼ਬਦ ਸਾਨੂੰ ਇਹ ਪ੍ਰੇਰਨਾ ਕਰਦਾ ਹੈ ਕਿ ਅਸੀਂ ਸੰਗਤ ਕਰੀਏ, ਤੇ ਸੰਗਤ ਵਿੱਚੋਂ ਜੋ ਕੁਝ ਸੁਣਦੇ ਹਾਂ ਉਹਨੂੰ ਜੀਵਨ ਦੇ ਅੰਦਰ ਧਾਰਨ ਕਰੀਏ, ਔਗੁਣਾਂ ਤੋਂ ਬਚਣ ਦਾ ਯਤਨ ਕਰੀਏ, ਗੁਣਾਂ ਦੀ ਸਾਂਝ ਕਰੀਏ, ਕਿਉਂਕਿ ਸਾਂਝ ਕੀ ਜਾਏ ਗੁਣਾਂ ਕੇਰੀ, ਛੋੜ ਅਵਗਣ ਚੱਲੀਏ ਵਾਲੀ ਗੱਲ
ਆਪਣੇ ਜੀਵਨ ਦੇ ਅੰਦਰ ਅਪਣਾਈਏ, ਸਾਡਾ ਲੋਕ ਨਾਲ ਪਰਲੋਕ ਸਹੁਰੇਗਾ। ਸਾਧ ਸੰਗਤ, ਇਹ ਪਾਵਨ ਨਗਰ ਜਿਸ ਨੂੰ ਕਈ ਨਾਮਾਂ ਦੇ ਨਾਲ ਬੁਲਾਇਆ ਜਾਂਦਾ, ਪਰ ਜਦੋਂ ਅੰਮ੍ਰਿਤ ਸਰੋਵਰ ਤਿਆਰ ਹੋਇਆ, ਨਾਮ ਅੰਮ੍ਰਿਤਸਰ ਇਸ ਨਗਰ ਦਾ ਰੱਖਿਆ ਗਿਆ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹੁਕਮ ਮੁਤਾਬਕ ਪੰਜ ਪਿੰਡਾਂ ਦੀ ਜ਼ਮੀਨ, ਜਿਨ੍ਹਾਂ ਦੀ ਹੱਦ ਲੱਗਦੀ ਸੀ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਖਰੀਦੀ ਅਤੇ ਇੱਥੇ ਅਸਥਾਨ ਬਣਾਏ ਗਏ। ਗੁਰੂ ਕੇ ਮਹਿਲ ਆਪਾਂ ਜਾਣਦੇ ਹਾਂ, ਗੁਰੂ ਕਾ ਬਾਜ਼ਾਰ ਆਪਾਂ ਜਾਣਦੇ ਹਾਂ, ਸਿੱਖਾਂ ਦੀ ਇੱਥੇ ਵਸੋਂ ਵੀ ਕੀਤੀ ਗਈ। ਪਰ ਜਦੋਂ ਜਿਸ ਦੀ ਗੱਲ ਅੱਜ ਆਪਾਂ ਕਰਨੀ, ਤਖ਼ਤ ਦੀ ਸਿਰਜਣਾ ਕੀਤੀ ਗਈ, ਪਹਿਲਾਂ ਧਿਆਨ ਰੱਖਿਓ ਤਖ਼ਤ ਕੀ ਹੈ। ਸਿੰਘਾਸਨ ਜਿਸ ਉੱਤੇ ਬਾਦਸ਼ਾਹ ਲੋਕ, ਰਾਜੇ ਲੋਕ, ਚੌਧਰੀ ਲੋਕ ਬੈਠਦੇ ਨੇ, ਉਹਨੂੰ ਕਿਹਾ ਜਾਂਦਾ ਹੈ ਤਖ਼ਤ। ਪਰ ਸਤਿਗੁਰਾਂ ਨੇ ਨਾਮ ਰੱਖਿਆ ਗੁਰੂ ਨਾਨਕ ਦੇ ਨਾਮ ਤੇ ਨਹੀਂ, ਆਪਣੇ ਨਾਮ ਤੇ ਨਹੀਂ, ਆਪਣੇ ਪਿਤਾ ਦੇ ਨਾਮ ਤੇ ਨਹੀਂ, ਬਲਕਿ ਅਕਾਲ ਦੇ ਨਾਮ ਤੇ ਰੱਖਿਆ। ਇਹ ਅਕਾਲ ਦਾ ਤਖ਼ਤ ਹੈ, ਕਿਉਂਕਿ ਬਾਬਾ ਫਰੀਦ ਜੀ ਨੇ ਇੱਕ ਸ਼ਲੋਕ ਬੜਾ ਸੁੰਦਰ ਉਚਾਰਨ ਕੀਤਾ, ਕਹਿੰਦੇ ਨੇ ਪਾਸਤ ਮਾਮੇ ਸੱਤ ਸਿਰ, ਭੇਰੀ ਛੱਡੋ ਰੱਡ, ਜਾਏ ਸੁੱਤੇ ਜ਼ਰਾਨ ਮੈਂ ਥੀਏ ਅਤੀਮਾ ਗੱਡ। ਜਿਨ੍ਹਾਂ ਦੇ ਕੋਲ ਨਗਾਰੇ ਸੀ, ਜਿਨ੍ਹਾਂ ਦੇ ਕੋਲ ਛਤਰ ਸੀ, ਤੇ ਜਦੋਂ ਉਹ ਤੁਰਦੇ ਸਨ, ਵਾਜੇ ਵੱਜਦੇ ਸਨ, ਨਫੀਰੀਆਂ ਵੱਜਦੀਆਂ ਸਨ, ਤਖ਼ਤਾਂ ਦੇ ਮਾਲਕ ਸਨ, ਪਰ ਇੱਕ ਦਿਨ ਐਸਾ ਆਇਆ ਕਬਰ ਦੇ ਅੰਦਰ ਜਾ ਕੇ ਪੈ ਗਏ ਤੇ ਯਤੀਮਾਂ ਵਾਲੀ ਹਾਲਤ ਬਣ ਗਈ। ਯਤੀਮਾਂ ਵਾਲੀ ਹਾਲਤ ਉਹਨਾਂ ਲੋਕਾਂ ਦੀ ਬਣ ਗਈ। ਪਰ ਸਾਧ ਸੰਗਤ, ਜੇ ਆਪਾਂ ਅਕਾਲ ਤਖ਼ਤ ਦੀ ਗੱਲ ਕਰੀਏ, ਇਸ ਨੂੰ ਵਜੂਦ ਵਿੱਚ ਲਿਆਉਣ ਵਾਲੇ ਕੌਣ ਨੇ? ਗੁਰੂ ਅਰਜਨ ਦੇਵ ਜੀ ਮਹਾਰਾਜ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ ਤੇ ਸ਼ਹਾਦਤ ਤੋਂ ਬਾਅਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਨਿਰਣਾ ਕਰ ਲਿਆ ਕਿ ਹੁਣ ਜਿਹੜਾ ਕੰਮ ਸ਼ਾਂਤੀ ਨਾਲ ਨਹੀਂ, ਜਿਹੜਾ ਕੰਮ ਪੀਰੀ ਨਾਲ ਨਹੀਂ, ਉਸ ਦੇ ਨਾਲ ਮੀਰੀ ਜੋੜਨੀ ਜਿਹੜੀ ਨਾ ਉਹ ਬੜੀ ਜ਼ਰੂਰੀ ਹੈ। ਕਿਉਂਕਿ ਮਹਾਰਾਜ ਨੇ ਆਖਿਆ ਸੀ, ਇੱਕ ਹਮ ਮੀਰੰਗ ਕੀ ਮੀਰੀ ਲਹਿਮ, ਦੂਸਰ ਪੀਰੰਗ ਕੀ ਪੀਰੀ ਲਹਿਮ, ਤੇ ਨਾਲ ਹੀ ਆਖਣ ਲੱਗੇ ਮੀਰੀ ਪੀਰੀ ਧਰਾਂਗੇ ਬਚੇ ਸ਼ਰਨ, ਅਸੀਂ ਮੀਰੀ ਪੀਰੀ ਦੇ ਧਾਰਨੀ ਹੋਵਾਂਗੇ ਤੇ ਬਚੇਗਾ ਉਹ ਜਿਹੜਾ ਸ਼ਰਨ ਵਿੱਚ ਆਵੇਗਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਕੁਝ ਵਿਦਵਾਨ ਕਹਿੰਦੇ ਨੇ, ਜਦੋਂ ਸ਼ਹਾਦਤ ਵਾਸਤੇ ਜਾਣ ਲੱਗੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕੇ ਆਉਣ ਵਾਲੇ ਸਮੇਂ ਦੀ ਗੱਲ ਕੀਤੀ, ਪਰ ਬਹੁਤੇ ਵਿਦਵਾਨਾਂ ਦੀ ਰਾਏ ਆ ਕੋਠਾ ਸਾਹਿਬ, ਜਿਸ ਅੰਦਰ ਅੱਜ ਵੀ ਸਤਿਗੁਰਾਂ ਦਾ ਸੁਖਾਸਨ ਹੁੰਦਾ ਹੈ। ਮੇਰੀ ਬੇਨਤੀ
ਮੈਂ ਇਹ ਸੱਚਾਈ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਾ, ਬਹੁਤ ਜਗ੍ਹਾ ਕਰਦਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ, ਮੈਂ ਇਹਨਾਂ ਨੂੰ ਇੱਕ ਬੇਨਤੀ ਕੀਤੀ, ਗਿਆਨੀ ਜੀ ਕੋਠਾ ਸਾਹਿਬ ਜਿਹੜਾ ਹੈ ਇਹ ਤਾਂ ਬਹੁਤ ਬਾਅਦ ਵਿੱਚ ਬਣਿਆ ਹੋਵੇਗਾ ਅਕਾਲ ਤਖ਼ਤ ਸਾਹਿਬ ਦੇ ਅੰਦਰ, ਅਤੇ ਉਹ ਕੋਠਾ ਸਾਹਿਬ ਕਿਹੜਾ ਹੈ ਜਿਸ ਵਿੱਚ ਸਤਿਗੁਰਾਂ ਦਾ ਸੁਖਾਸਨ ਹੁੰਦਾ ਸੀ। ਜਿਸ ਦਿਨ ਬਾਬਾ ਬੁੱਢਾ ਜੀ ਨੇ ਪੁੱਛਿਆ ਸੀ ਨਾ, ਮਹਾਰਾਜ ਹਰਿਮੰਦਰ ਸਾਹਿਬ ਦੇ ਅੰਦਰ ਸੁਖਾਸਨ ਕਰਕੇ ਬਾਣੀ ਗੁਰੂ ਦਾ ਉਤਾਰਾ ਕਿੱਥੇ ਕਰਨਾ, ਅਤੇ ਆਖਿਆ ਸੀ ਕੋਠਾ ਸਾਹਿਬ ਦੇ ਅੰਦਰ ਜਿੱਥੇ ਅਸੀਂ ਆਰਾਮ ਕਰਦੇ ਹਾਂ ਉੱਥੇ ਸਤਿਗੁਰਾਂ ਦਾ ਸੁਖਾਸਨ ਕਰਨਾ। ਮੇਰੀ ਬੇਨਤੀ, ਸਿੰਘ ਸਾਹਿਬ ਨੇ ਮੈਨੂੰ ਦੱਸਿਆ ਕਿ ਜਦੋਂ ਅੰਮ੍ਰਿਤ ਸਰੋਵਰ ਦੀ ਸੇਵਾ ਹੁੰਦੀ ਸੀ ਅਤੇ ਜਿਹੜੀ ਕੌਰ ਜਿਹੜੀ ਮਿੱਟੀ ਅੰਦਰੋਂ ਨਿਕਲਦੀ ਸੀ ਅਕਾਲ ਤਖ਼ਤ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ ਨਾ, ਇੱਥੇ ਇੱਕ ਚਬੂਤਰਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਣਵਾਇਆ ਸੀ ਜਿੱਥੇ ਮਹਾਰਾਜ ਬਿਰਾਜਮਾਨ ਹੁੰਦੇ ਸੀ। ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਕੋਠੀ ਬਣਾ ਦਿੱਤੀ, ਕੋਠੜੀ ਬਣਾ ਲਈ, ਬਾਅਦ ਵਿੱਚ ਉਹਨੂੰ ਕੋਠਾ ਸਾਹਿਬ ਗੁਰਮੁਖ ਪਿਆਰੇ ਕਹਿਣ ਲੱਗ ਪਏ। ਇਹ ਕੋਠਾ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਹੋਣ ਤੋਂ ਪਹਿਲਾਂ ਇੱਥੇ ਮੌਜੂਦ ਸੀ, ਜਿੱਥੇ ਅੱਜ ਕੋਠਾ ਸਾਹਿਬ ਹੈ ਇੱਥੇ ਕੋਠਾ ਸਾਹਿਬ ਪਹਿਲਾਂ ਮੌਜੂਦ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਰ ਸਮਾਗਮ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਇਸੇ ਹੀ ਕੋਠਾ ਸਾਹਿਬ ਦੇ ਅੰਦਰ ਕੀਤੇ। ਪਹਿਲਾ ਜਦੋਂ ਗੁਰੂ ਮਹਾਰਾਜ ਗਏ ਤੇ ਸਾਰਾ ਕੁਝ ਹਾਲਾਤ ਸਮਝਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਗੁਰਿਆਈ ਵੀ ਇਸ ਕੋਠਾ ਸਾਹਿਬ ਦੇ ਅੰਦਰ ਦਿੱਤੀ ਗਈ। ਤੇ ਜਦੋਂ ਸਾਧ ਸੰਗਤ ਸਤਿਗੁਰੂ ਮਹਾਰਾਜ ਨੇ ਸ਼ਹਾਦਤ ਦਾ ਜਾਮ ਪੀਤਾ ਉਸ ਵੇਲੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਹੀ ਕੋਠਾ ਸਾਹਿਬ ਦੇ ਅੰਦਰ ਜਿੱਥੇ ਸਤਿਗੁਰਾਂ ਦੀ ਸਾਧ ਸੰਗਤ ਯਾਦ ਵਿੱਚ ਭੋਗ ਪੁਆਏ ਬਾਣੀ ਦੇ ਪਾਠ ਦੇ, ਉੱਥੇ ਨਾਲ ਦੀ ਨਾਲ ਇਸੇ ਅਸਥਾਨ ਤੇ ਮੀਰੀ ਤੇ ਪੀਰੀ ਦੀਆਂ ਜਿਹੜੀਆਂ ਤਲਵਾਰਾਂ ਸੀ ਨਾ ਉਹ ਵੀ ਧਾਰਨ ਕੀਤੀਆਂ। ਮੇਰੀ ਬੇਨਤੀ, ਕੋਠਾ ਸਾਹਿਬ ਦੇ ਅੰਦਰ ਹੀ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ, ਤੇ ਜਿਸ ਦਿਨ ਮਹਾਰਾਜ ਅਕਾਲ ਤਖ਼ਤ ਸਾਹਿਬ ਤੇ ਮੀਰੀ ਪੀਰੀ ਦੀਆਂ ਤਲਵਾਰਾਂ ਪਾ ਕੇ ਸੁਭਾਈਮਾਨ ਹੋਏ, ਜਿਹੜੇ ਦੋ ਢਾਡੀ ਸਨ ਉਸ ਵੇਲੇ ਦੇ ਸਮਕਾਲੀ ਮੀਰ ਅਬਦੁੱਲਾ ਤੇ ਨੱਥਾ, ਇਹਨਾਂ ਨੇ ਸਾਧ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸਤਤ ਵਿੱਚ ਕੁਝ ਬਚਨ ਕਹੇ। ਆਪਾਂ ਤਖ਼ਤ ਬਾਰੇ ਵੀ ਪੜ੍ਹਦੇ ਹਾਂ ਤੇ ਮੀਰੀ ਪੀਰੀ ਦੀ ਤਲਵਾਰਾਂ ਬਾਰੇ ਵੀ ਪੜ੍ਹਦੇ ਹਾਂ। ਨੱਥਾ ਤੇ ਅਬਦੁੱਲਾ ਕਹਿੰਦੇ ਨੇ ਸੱਚਾ ਤਖ਼ਤ ਸੁਹਾਇਓ ਸਤਿਗੁਰੂ ਪਾਇਕ ਹੈ, ਸ਼ਬ ਵਰਨੀ ਨਾ ਜਾਏ ਕਹੂੰ ਕਿਆ ਗਾਇਕ ਹੈ, ਰਵ ਸਸ ਭਏ ਮਲੀਨ ਸੋ ਦਰਸ਼ ਦਿਖਾਇਕ ਹੈ, ਸ੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਇਕ ਹੈ, ਮੀਰ ਅਬਦੁੱਲਾ ਨੱਥਾ ਕਹੇ ਜਸ ਬਨਾਇਕ ਹੈ। ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਫਿਰ ਆਖਦੇ ਨੇ ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਹ ਅਬਦੁੱਲਾ ਤੇ ਨੱਥਾ ਮਲ ਨੇ ਸਾਧ ਸੰਗਤ ਸਤਿਗੁਰਾਂ ਦੀ ਵਡਿਆਈ ਵਿੱਚ ਬਚਨ ਕਹੇ। ਮੇਰੀ ਬੇਨਤੀ,
ਹਰਿਮੰਦਰ ਸਾਹਿਬ ਦੀ ਸਿਰਜਣਾ ਵਿੱਚ ਵੀ ਮਜ਼ਦੂਰ ਵੀ ਲੱਗੇ, ਕਾਰੀਗਰ ਵੀ ਲੱਗੇ, ਪਰ ਅਕਾਲ ਤਖ਼ਤ ਦੀ ਸਿਰਜਣਾ ਦੇ ਸੰਬੰਧ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ, ਮਹਾਰਾਜ ਨੇ ਜਦੋਂ ਥੜਾ ਬਣਾਇਆ, ਤਖ਼ਤ ਬਣਾਇਆ, ਦਿੱਲੀ ਦੇ ਤਖ਼ਤ ਨਾਲੋਂ ਉੱਚਾ ਬਣਾਇਆ, ਨੀਂਹ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਆਪ ਰੱਖੀ, ਨੀਂਹ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਆਪ ਰੱਖੀ। ਆਖਦੇ ਨੇ ਨਾ, ਕਿਸੇ ਰਾਜ ਨਾ ਹੱਥ ਲਗਾਇਓ ਬੁੱਢੇ ਅਤੇ ਗੁਰਦਾਸ ਬਣਾਇਓ। ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਇਸ ਤਖ਼ਤ ਨੂੰ ਬਣਾਇਆ, ਕਿਉਂਕਿ ਜਦੋਂ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਇਹ ਤਖ਼ਤ ਬਣਾਇਆ ਤੇ ਦਿੱਲੀ ਦੇ ਤਖ਼ਤ ਨਾਲੋਂ ਉੱਚਾ ਬਣਾਇਆ, ਪਰ ਨਾਲ ਹੀ ਥੜੇ ਦੇ ਰੂਪ ਚ ਬਣਾਇਆ। ਮੇਰੀ ਬੇਨਤੀ, ਕਦੀ ਇਤਿਹਾਸ ਨੂੰ ਪੜ੍ਹੀਏ। ਪਹਿਲੀ ਮੰਜ਼ਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਬਣਾਈ, ਦੂਜੀ ਮੰਜ਼ਲ 2,95,000 ਰੁਪਈਏ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਨੇ ਲਾ ਕੇ ਬਣਵਾਈ, ਤੇ ਜਿਹੜਾ ਗੁੰਬਦ ਹੈ ਇਹ ਹਰੀ ਸਿੰਘ ਨਲਵੇ ਨੇ ਬਣਵਾਇਆ, ਕਿਉਂਕਿ ਤਖ਼ਤ ਪਹਿਲਾਂ ਥੜਾ, ਮੰਜ਼ਲਾਂ ਬਾਅਦ ਵਿੱਚ ਤਿਆਰ ਹੋਈਆਂ ਨੇ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਪਹਿਲੀ ਮੰਜ਼ਲ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਨਿਗਰਾਨੀ ਦੇ ਵਿੱਚ ਸਾਧ ਸੰਗਤ ਦੂਜੀ ਮੰਜ਼ਲ, ਤੇ ਜਿਹੜਾ ਗੁੰਬਦ ਹੈ ਇਹ ਸਰਦਾਰ ਹਰੀ ਸਿੰਘ ਨਲਵੇ ਨੇ ਬਣਵਾਇਆ, ਹਰੀ ਸਿੰਘ ਨਲਵੇ ਨੇ ਬਣਵਾਇਆ। ਕਈ ਵਾਰੀ ਸਾਧ ਸੰਗਤ ਅਕਾਲ ਤਖ਼ਤ ਨੂੰ ਢਾਇਆ ਗਿਆ, ਪਰ ਸਿੱਖਾਂ ਨੇ ਇਹਨੂੰ ਫਿਰ ਹੋਂਦ ਵਿੱਚ ਲਿਆਂਦਾ। ਤੇ ਬੇਨਤੀ ਕਰਾਂ, ਪਹਿਲੇ ਜਥੇਦਾਰ ਕੌਣ ਨੇ? ਭਾਈ ਗੁਰਦਾਸ ਜੀ। ਉਸ ਤੋਂ ਬਾਅਦ ਇਤਿਹਾਸ ਨੂੰ ਪੜ੍ਹੋ, ਮੀਣੀਆਂ ਦਾ ਕਬਜ਼ਾ ਹੋ ਗਿਆ, ਮੀਣੀਏ ਕਾਬਜ਼ ਹੋ ਗਏ, ਕੌਣ? ਪ੍ਰਿਥੀਵਲ ਦੀ ਸੰਤਾਨ, ਪ੍ਰਿਥੀਮਲ ਦੀ, ਪ੍ਰਿਥੀ ਚੰਦ ਦੀ ਸੰਤਾਨ ਜਿਹੜੀ ਹੈ ਇਹ ਕਾਬਜ਼ ਹੋ ਗਈ। ਪਰ ਉਸ ਤੋਂ ਬਾਅਦ ਭਾਈ ਗੁਰਦਾਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਜਥੇਦਾਰ ਬਣੇ, ਭਾਈ ਮਨੀ ਸਿੰਘ ਤੋਂ ਬਾਅਦ ਦਰਬਾਰਾ ਸਿੰਘ ਬਣੇ, ਦਰਬਾਰਾ ਸਿੰਘ ਤੋਂ ਬਾਅਦ ਸਾਧ ਸੰਗਤ ਨਵਾਬ ਕਪੂਰ ਸਿੰਘ ਜੱਸਾ ਸਿੰਘ ਦਾ ਨਾਮ ਆਉਂਦਾ, ਤੇ ਫਿਰ ਸਰਦਾਰ ਫੂਲਾ ਸਿੰਘ ਜੀ ਦਾ, ਅਕਾਲੀ ਫੂਲਾ ਸਿੰਘ ਦਾ ਨਾਮ ਆਉਂਦਾ। ਉਸ ਤੋਂ ਬਾਅਦ ਇਹ ਸਿਲਸਿਲਾ ਜਿਹੜਾ ਹੈ ਇਹ ਜਥੇਦਾਰਾਂ ਦਾ ਆਰੰਭ ਹੋ ਗਿਆ। ਇੱਕ ਬੇਨਤੀ ਲਾਸਟ ਵਿੱਚ ਕਰਾਂਗਾ, ਕਿਉਂਕਿ ਸਮਾਂ ਆਪਣੀ ਰਫਤਾਰ ਦੇ ਨਾਲ ਤੁਰਿਆ ਜਾ ਰਿਹਾ। ਮੇਰੀ ਬੇਨਤੀ, ਜਥੇਦਾਰ 1934 ਦੇ ਅੰਦਰ ਬਾਬਾ ਵਿਸਾਖਾ ਸਿੰਘ ਨੂੰ ਬਣਾਇਆ ਗਿਆ। ਬਾਬਾ ਵਿਸਾਖਾ ਸਿੰਘ ਜਥੇਦਾਰ ਨਹੀਂ ਸੀ ਬਣਦੇ, ਪਰ ਉਹਨਾਂ ਨੂੰ ਜਦੋ ਜ਼ੈਦ ਜ਼ਬਰਦਸਤੀ ਬਣਾਇਆ ਗਿਆ। ਪਰ ਜਿਸ ਦਿਨ ਜਥੇਦਾਰ ਬਣੇ ਉਸ ਦਿਨ ਉਹਨਾਂ ਨੇ ਅਰਦਾਸ ਕੀਤੀ, ਗੁਰੂ ਹਰਗੋਬਿੰਦ ਜੀ ਮਹਾਰਾਜ ਇਹ ਅਕਾਲ ਤਖ਼ਤ ਹੈ, ਅਕਾਲ ਦੇ ਨਾਮ ਤੇ ਬਣਿਆ ਹੋਇਆ ਹੈ। ਆਪ ਜੀ ਨੇ ਇੱਕ ਹੁਕਮ ਸਿੱਖ ਸੰਗਤਾਂ ਦੇ ਪ੍ਰਤੀ ਕੀਤਾ ਸੀ ਕਿ ਪਹਿਲੀ ਗੱਲ, ਅੱਜ ਤੋਂ ਬਾਅਦ ਕੋਈ ਸਿੱਖ ਸਿੱਖ ਨਾਲ ਲੜੇ ਨਾ, ਤੇ ਦੂਜਾ ਦੁਨਿਆਵੀ ਅਦਾਲਤ ਦੇ ਅੰਦਰ ਸਿੱਖਾਂ ਦਾ ਝਗੜਾ ਨਾ ਜਾਏ, ਕੇਵਲ ਤੇ ਕੇਵਲ ਅਕਾਲ ਤਖ਼ਤ ਸਾਹਿਬ ਤੇ ਹੀ ਝਗੜਾ ਜਿਹੜਾ ਨਾ ਇਹ ਨਿਬੇੜਿਆ ਜਾਏ। ਆਪ ਜੀ ਨੂੰ ਪਤਾ ਹੋਵੇਗਾ, ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਤੇ ਭੰਗੀਆਂ ਦੀ ਮਿਸਲ, ਇਹਨਾਂ ਦਾ ਤਕਰਾਰ ਹੋ ਗਿਆ। ਇਹ ਅੰਮ੍ਰਿਤਸਰ ਤੇ ਦੋਵੇਂ ਹੀ
ਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਨੇ, ਕਿਉਂਕਿ ਭੰਗੀ ਪਹਿਲਾਂ ਕਾਬਜ਼ ਸੀ ਤੇ ਮਹਾਰਾਜਾ ਰਣਜੀਤ ਸਿੰਘ ਕਾਬਜ਼ ਹੋਣਾ ਚਾਹੁੰਦੇ ਨੇ। ਪਰ ਜਦੋਂ ਅਕਾਲੀ ਫੂਲਾ ਸਿੰਘ ਨੂੰ ਪਤਾ ਲੱਗਾ ਨਾ, ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਪਹਿਲੀ ਗੱਲ ਮੈਂ ਸਿੱਖ ਨਾਲ ਸਿੱਖ ਨੂੰ ਲੜਨ ਨਹੀਂ ਦੇਣਾ, ਇੱਥੇ ਖੂਨ ਖਰਾਬਾ ਹੋਣ ਨਹੀਂ ਦੇਣਾ, ਤੇ ਦੂਜੀ ਗੱਲ ਅੰਮ੍ਰਿਤਸਰ ਵੱਲ ਕਿਸੇ ਤੋਪ ਦਾ ਮੂੰਹ ਨਹੀਂ ਹੋਵੇਗਾ, ਅੰਮ੍ਰਿਤਸਰ ਵੱਲ ਕਿਸੇ ਤੋਪ ਦਾ ਮੂੰਹ ਨਹੀਂ ਹੋਵੇਗਾ। ਪਰ ਜਦੋਂ ਲੜਾਈ ਦਾ ਮਾਹੌਲ ਬਣ ਗਿਆ, ਇੱਧਰ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ, ਉੱਧਰ ਭੰਗੀ ਮਿਸਲਾਂ ਦੀਆਂ ਫੌਜਾਂ ਆਪਸ ਵਿੱਚ ਡਟ ਗਈਆਂ, ਤੇ ਕਹਿੰਦੇ ਨੇ ਜਥੇਦਾਰ ਅਕਾਲੀ ਫੂਲਾ ਸਿੰਘ, ਕਿਉਂਕਿ ਜਿੱਥੇ ਅਕਾਲ ਤਖ਼ਤ ਦੇ ਜਥੇਦਾਰ ਨੇ ਉੱਥੇ ਨਾਲ ਦੀ ਨਾਲ ਇੱਕ ਮਿਸਲ ਦੇ ਮਾਲਕ ਨੇ, ਤੇ ਇਸ ਮਿਸਲ ਦਾ ਸਤਿਕਾਰ ਸਤ ਸੰਗਤ ਮਹਾਰਾਜਾ ਰਣਜੀਤ ਸਿੰਘ ਆਪ ਵੀ ਕਰਦਾ ਰਿਹਾ, ਕਿਉਂਕਿ ਸ਼ਹੀਦਾਂ ਦੀ ਮਿਸਲ ਦੇ ਆਗੂ ਨੇ। ਇਸ ਮਿਸਲ ਦਾ ਸਤਿਕਾਰ ਮਹਾਰਾਜਾ ਰਣਜੀਤ ਸਿੰਘ ਆਪ ਕਰਦਾ ਰਿਹਾ। ਜਦੋਂ ਦੋਵਾਂ ਫੌਜਾਂ ਤੋਂ ਫੌਜਾਂ ਡਟ ਗਈਆਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਭੰਗੀਆਂ ਦੀ ਮਿਸਲ ਦੇ ਆਗੂ ਜਦੋਂ ਆਹਮਣੋ ਸਾਹਮਣੇ ਹੋ ਗਏ ਤੇ ਅਕਾਲੀ ਫੂਲਾ ਸਿੰਘ ਵਿਚਕਾਰ ਆ ਕੇ ਖੜੇ ਹੋ ਗਏ, ਫੈਸਲਾ ਹੋਇਆ ਕਿ ਭੰਗੀਆਂ ਨੂੰ ਜ਼ਗੀਰ ਦਿੱਤੀ ਜਾਵੇਗੀ, ਪ੍ਰਬੰਧ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਜਾਵੇਗਾ, ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਜਾਵੇਗਾ, ਤੇ ਜਿਹੜੇ ਭੰਗੀ ਮਿਸਲ ਵਾਲੇ ਨੇ ਇਹਨਾਂ ਨੂੰ ਜ਼ਗੀਰ ਦਿੱਤੀ ਜਾਵੇਗੀ। ਤੇ ਦੋਵਾਂ ਨੇ ਸਾਧ ਸੰਗਤ ਅਕਾਲੀ ਫੂਲਾ ਸਿੰਘ ਦਾ ਜਿਹੜਾ ਫੈਸਲਾ ਸੀ ਇਹਨੂੰ ਪ੍ਰਵਾਨ ਕੀਤਾ। ਤੇ ਮੈਂ ਬੇਨਤੀ ਕਰ ਰਿਹਾ ਸੀ, ਬਾਬਾ ਵਿਸਾਖਾ ਸਿੰਘ ਅਰਦਾਸ ਕਰਦੇ ਨੇ, ਸਤਿਗੁਰੂ ਇਹ ਅਕਾਲ ਦਾ ਤਖ਼ਤ ਹੈ, ਜਿੰਨੀ ਦੇਰ ਸੇਵਾ ਆਪ ਜੀ ਨੇ ਬਖਸ਼ਣੀ ਹੈ ਕਿਰਪਾ ਕਰਿਓ ਮਰਿਆਦਾ ਦੇ ਵਿੱਚ ਕੋਈ ਕਮੀ ਨਾ ਆਵੇ, ਮਰਿਆਦਾ ਦੇ ਵਿੱਚ ਕੋਈ ਕਮੀ ਨਾ ਆਵੇ। ਪਰ ਕਹਿੰਦੇ ਨੇ ਬਾਬਾ ਵਿਸਾਖਾ ਸਿੰਘ ਕਿਤੇ ਬਾਹਰ ਗਏ, ਮੁਸਲਮਾਨ ਨਵਾਬ ਮੁਜ਼ੱਫਰ ਖਾਨ ਆ ਗਿਆ, ਤੇ ਜਿਹੜੇ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਆਗੂ ਸਨ ਜਾਂ ਉਸ ਵੇਲੇ ਜ਼ਿੰਮੇਵਾਰ ਸਨ, ਉਹਨਾਂ ਨੇ ਅਕਾਲ ਤਖ਼ਤ ਸਾਹਿਬ ਤੋਂ ਸਰੋਪਾ ਮੁਜ਼ੱਫਰ ਖਾਨ ਨੂੰ ਦੇ ਦਿੱਤਾ। ਕਿਉਂਕਿ ਸਤ ਸੰਗਤ ਪਤਤ ਨੂੰ ਅਕਾਲ ਤਖ਼ਤ ਸਾਹਿਬ ਤੋਂ ਸਰੋਪਾ ਨਹੀਂ ਦਿੱਤਾ ਜਾ ਸਕਦਾ, ਪਤਤ ਨੂੰ ਅਕਾਲ ਤਖ਼ਤ ਸਾਹਿਬ ਤੋਂ ਸਰੋਪਾ ਨਹੀਂ ਦਿੱਤਾ ਜਾ ਸਕਦਾ, ਉਸ ਦੀ ਅਰਦਾਸ ਨਹੀਂ ਹੋ ਸਕਦੀ। ਪਰ ਜਦੋਂ ਬਾਬਾ ਵਿਸਾਖਾ ਸਿੰਘ ਨੇ ਸੁਣਿਆ ਕਿ ਮੁਜ਼ੱਫਰ ਖਾਨ ਨੂੰ ਇਹਨਾਂ ਨੇ ਸਰੋਪਾ ਦਿੱਤਾ ਹੈ, ਉਸੇ ਵੇਲੇ ਆਖਿਆ, ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਤੇਰਾ ਤਖ਼ਤ ਆਜ਼ਾਦੀ ਸਿਖਾਉਂਦਾ ਹੈ, ਪਰ ਮੈਂ ਆਪਣੀ ਜ਼ਮੀਰ ਨੂੰ ਮਾਰ ਕੇ ਜ਼ਮੀਰ ਫਰੋਸ਼ ਹੋ ਕੇ ਸੇਵਾ ਨਹੀਂ ਨਿਭਾ ਸਕਦਾ, ਕਿਰਪਾ ਕਰੋ ਮੈਨੂੰ ਸੇਵਾ ਮੁਕਤ ਕਰ ਦਿਓ। ਤੇ ਸਾਧ ਸੰਗਤ ਅੱਜ ਵੀ ਅਕਾਲੀ ਫੂਲਾ ਸਿੰਘ ਨੂੰ ਤੇ ਬਾਬਾ ਵਿਸਾਖਾ ਸਿੰਘ ਜਥੇਦਾਰਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ। ਮੇਰੀ ਬੇਨਤੀ, ਅਕਾਲ ਤਖ਼ਤ ਦਾ ਸਾਜਨਾ ਦਿਵਸ ਅੱਜ ਮਨਾਉਂਦਿਆ ਹੋਇਆ ਬੇਨਤੀ ਕਰਾਂਗਾ, ਜਿੱਥੇ ਗ੍ਰੰਥ ਨਾਲ ਜੁੜਨਾ ਹੈ ਉੱਥੇ ਪੰਥ ਨਾਲ ਵੀ ਜੁੜ ਜਾਈਏ, ਕਿਉਂਕਿ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸ਼ਕਤੀ ਦਾ ਪ੍ਰਤੀਕ ਅਕਾਲ ਤਖ਼ਤ ਸਾਹਿਬ ਜਿਹੜਾ ਨਾ ਇਹ ਸਾਧ ਸੰਗਤ ਆਪਣੇ ਸਮੇਂ ਦੇ ਅੰਦਰ ਬਣਾਇਆ। ਤੇ ਮੇਰੀ ਬੇਨਤੀ, ਇਹ ਅਕਾਲ ਦਾ ਤਖ਼ਤ ਹੈ, ਅਸੀਂ ਹਮੇਸ਼ਾ ਨਤਮਸਤਕ ਜਿੱਥੇ ਹਰਿਮੰਦਰ ਸਾਹਿਬ ਨੂੰ ਹੋਣਾ
ਉੱਥੇ ਅਕਾਲ ਤਖ਼ਤ ਸਾਹਿਬ ਵੀ ਹੋਣਾ ਤੇ ਮੇਰੀ ਬੇਨਤੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਹਨਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲਈਏ ਤੇ ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ ਵੀ ਜਿਹੜੇ ਸਾਡੇ ਮਸਲੇ ਨੇ ਨਾ ਜਿਹੜੇ ਅਸੀਂ ਚੁੱਕੀ ਫਿਰਦੇ ਹਾਂ ਸਿਰ ਤੇ ਬੋਝ ਵੀ ਇਹਦਾ ਕੀ ਭਾਵ ਹੈ ਇਹਦਾ ਕੀ ਭਾਵ ਹੈ ਤੇ ਮੈਂ ਬੇਨਤੀ ਕਰਾਂ ਰਹਿਤ ਮਰਿਆਦਾ ਕੋਈ ਬਹੁਤ ਵੱਡੀ ਨਹੀਂ ਇੱਕ ਵਾਰੀ ਇਹਨੂੰ ਪੜ੍ਹ ਲਓ ਤੇ ਪੜ੍ਹਨ ਤੋਂ ਬਾਅਦ ਤੁਹਾਡੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਵੀ ਤੌਫਲਾ ਨਹੀਂ ਰਹਿ ਜਾਵੇਗਾ ਸ਼ੱਕ ਨਹੀਂ ਰਹਿ ਜਾਵੇਗਾ ਕਿਉਂਕਿ ਰਹਿਤ ਮਰਿਆਦਾ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਨਾ ਸਾਰੇ ਸ਼ੰਕੇ ਦੂਰ ਕਰ ਦੇਵੇਗੀ ਮੇਰੀ ਬੇਨਤੀ ਜਿੱਥੇ ਆਪਾਂ ਸਾਜਨਾ ਦਿਵਸ ਮਨਾ ਰਹੇ ਹਾਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਜਾਈਏ ਆ ਗੁੱਗੇ ਮੜੀਆਂ ਕਬਰਾਂ ਨੂੰ ਪੂਜਣ ਦੀ ਬਜਾਏ ਕੇਵਲ ਇੱਕ ਅਕਾਲ ਦੇ ਨਾਲ ਜੁੜ ਕੇ ਆਪਣਾ ਜੀਵਨ ਸਵਾਰਨ ਦਾ ਯਤਨ ਕਰੀਏ ਸਾਧ ਸੰਗਤ ਅੱਜ ਲੜੀਵਾਰ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਆਪ ਜੀ ਦੇ ਨਾਲ ਸਾਂਝੀ ਨਹੀਂ ਹੋ ਸਕੀ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੈ ਸ੍ਰੀ ਰਾਗ ਦੇ ਅੰਦਰ ਜਿਹੜਾ ਸ਼ਬਦ ਹੈ ਉਸ ਦੇ ਦੋ ਪਦੇ ਸੰਤ ਦੇ ਹੋ ਚੁੱਕੇ ਹਨ ਦੋ ਸਲੋਕ ਵੀ ਹੋ ਚੁੱਕੇ ਹਨ ਦੋ ਸਲੋਕ ਤੇ ਦੋ ਸੰਤ ਬਾਕੀ ਹਨ ਆਉਣ ਵਾਲੇ ਸਮੇਂ ਦੇ ਅੰਦਰ ਗੁਰਮੁਖ ਪਿਆਰੇ ਆਪ ਜੀ ਦੇ ਨਾਲ ਸਾਂਝੀ ਕਰਨਗੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਸਤ ਸੰਗਤ ਬੁਲਾਓ ਫਤਿਹ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ ਹਰ ਹਰ ਆਗਮ ਆਗਾਦ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸੁਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।